हाँ जी नमस्कार जी भाई सभी को आप सबका स्वागत है जी टैक्टरपोर्ट चैनल पर यह वीडियो ख़ासकर उन लोगों के लिए है जिन्होंने 2020-20 में हमारे चैनल पर वीडियोस को देखा लाइक किया शेयर किया और कमेंट्स किए और उन सबका शुक्रिया अदा करने के लिए ये वीडियो बनाई है और जो नए लोग इस चैनल को देख रहे हैं उनसे विनती है कि चैनल को करें सब्सक्राइब और इस साल ग्यारह प्लस मैंबर्स ने चैनल को सब्सक्राइब किया तो उन सभी का बहुत बहुत धन्यवाद हमारे चैनल पर हर एक ट्रैक्टर की आपको वीडियो जिसकी पॉसिबल हो सकती है मिलेगी ये कोई एक ट्रैक्टर ब्रांड का स्पेशल चैनल नहीं है इसमें सभी ट्रैक्टर्स ब्रांड के बड़े छोटे ट्रैक्टर्स की वीडियो आपको मिलती रहेगी और अगर किसी भी प्रकार की गलती या कोई चूक रह जाए तो आप सबसे रिक्वेस्ट है कि आप सुजेस्ट समय समय पर करते रहें और जो नए हैं इस चैनल पे उन सभी लोगों से ਰੀਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੇ। ਔਰ ਆਪਣੇ ਚੈਨਲ ਪਰ ਸਬਸਕ੍ਰਾਈਬ ਕੇ ਸਾਥ-ਸاتھ ਜੁਆਇਨ ਕੀ ਸ਼ਬਦ ਵੀ ਉਪਲਬਧ ਹੋਣੇ ਜਾ ਰਹੀ ਹੈ। ਤਾਂ ਚੈਨਲ ਕੋ ਜੁਆਇਨ ਵੀ ਜ਼ਰੂਰ ਕਰੇ। ਹਾਂਜੀ ਪੰਜਾਬੀ ਵਾਲੇ ਬੰਦੇਆਂ ਵਾਸਤੇ ਵੀ ਜੀ ਪੰਜਾਬੀ ਚ ਆਪਣੇ ਚੈਨਲ ਦੇ ਰਿਵਿਊ, ਕਮੈਂਟ ਜਿਹੜੇ ਐ ਤੁਹਾਨੂੰ ਮਿਲਦੇ ਰਹਿਣਗੇ ਟਰੈਕਟਰਾਂ ਦੇ, ਟਰੈਕਟਰਾਂ ਦੀ ਗੱਲਬਾਤ ਹੁੰਦੀ ਰਹੂਗੀ। ਤੇ ਟਰੈਕਟਰਾਂ ਬਾਰੇ ਜਾਣਕਾਰੀ ਲਈ ਆਪਣੇ ਟਰੈਕਟਰ ਤੇ ਆਪਣੇ ਚੈਨਲ ਤੇ ਹੁਣ ਇੱਕ ਜੁਆਇਨ ਦਾ ਬਟਨ ਵੀ ਲਾਈਵ ਹੋਊਗਾ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਮ ਨਾਲ ਜੁਆਇਨ ਵੀ ਕਰ ਸਕਦੇ ਹੋ ਜੀ ਹਾਂਜੀ ਇੱਕ ਹੋਰ ਬੇਨਤੀ ਹੈ ਜੀ ਬਈ ਜੀ ਕਿਸੇ ਵੀ ਟਰੈਕਟਰ ਨੂੰ ਮਾੜਾ ਨਾ ਕਿਹਾ ਕਰੋ ਕਿਸੇ ਇੱਕ ਸ਼ਖਸ ਵਾਸਤੇ ਇੱਕ ਟਰੈਕਟਰ ਬਣਾ ਚੰਗਾ ਹੋ ਸਕਦਾ ਹੈ ਕਿਸੇ ਦੂਸਰੇ ਵਾਸਤੇ ਕੋਈ ਦੂਸਰਾ ਟਰੈਕਟਰ ਬ੍ਰਾਂਡ ਚੰਗਾ ਹੋ ਸਕਦਾ ਸੋ ਹਰ ਇੱਕ ਟਰੈਕਟਰ ਜਿਹੜਾ ਪਰਫੈਕਟ ਨਹੀਂ ਹੁੰਦਾ ਕਿਸੇ ਨਾ ਕਿਸੇ ਟਰੈਕਟਰ ਦੇ ਵਿੱਚ ਕੋਈ ਨਾ ਕੋਈ ਪਲੱਸ ਪੁਆਇੰਟ ਹੁੰਦਾ ਹੈ ਕਿਸੇ ਨਾ ਕਿਸੇ ਟਰੈਕਟਰ ਚ ਕੋਈ ਨਾ ਕੋਈ ਨੈਗੇਟਿਵ ਪੁਆਇੰਟ ਵੀ ਹੁੰਦਾ ਸੋ ਹਰੇਕ ਟਰੈਕਟਰ ਦੇ ਵਿੱਚ ਪਲੱਸ ਤੇ ਨੈਗੇਟਿਵ ਪੁਆਇੰਟ ਹੁੰਦੇ ਆ ਸੋ ਜਿਸ ਬੰਦੇ ਨੂੰ ਜਿਸ ਸ਼ਖਸ ਨੂੰ ਜਿਹੜਾ ਡ੍ਰੈਕਟਰ ਵਧੀਆ ਲੱਗਦਾ ਉਹ ਬਈ ਜੀ ਉਹਦੇ ਪੋਜ਼ਿਟਿਵ ਜਿਹੜੇ ਰਿਵਿਊਜ਼ ਆ ਉਹਦੇ ਪਾ ਸਕਦਾ ਸੋ ਬਈ ਜੀ ਆਪਣੇ ਚੈਨਲ ਤੇ ਮਸ਼ੀਨਜ਼ ਜਾਨੀ ਕਿ ਕਮਾਈਂਸ ਨਾਲ ਰਿਲੇਟਡ ਵੀ ਕਈ ਐਕਸਪੈਰੀਮੈਂਟਲ ਕੁਛ ਤੇ ਯਾਰ ਬੇ ਜਿਹੜੇ ਆਪਣੇ ਸ਼ੇਅਰ ਕੀਤੇ ਹੋਏ ਆ ਉਹਦਾ ਵੀ ਤੁਸੀਂ ਫਾਇਦਾ ਠਾ ਸਕਦੇ ਹੋ ਕੁਛ ਨਵੀਆਂ ਮਸ਼ੀਨਾਂ ਦੀਆਂ ਵੀ ਵੀਡੀਓ ਹੈਗੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਬਈ ਜੀ ਹੋਰ ਬੇਨਤੀ ਕਰਨੀ ਸੀ ਵੀ ਕਈ ਮੇਰੇ ਵੀਰ ਭਰਾ ਸੱਜਣਾ ਉਹ ਪੁੱਛਦੇ ਆ ਰੇਟ ਪੁੱਛਦੇ ਹੁੰਦੇ ਆ ਡ੍ਰੈਕਟਰਾਂ ਦਾ ਸੋ ਬਈ ਜੀ ਐਗਜੈਕਟ ਪਰਫੈਕਟ ਰੇਟ ਜਿਹੜਾ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਰੇਟ ਜਿਹੜਾ ਜਗ੍ਹਾ ਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਏਜੰਸੀ ਦੇ ਹਿਸਾਬ ਨਾਲ ਵਧ ਘਟ ਹੋ ਸਕਦਾ ਥੋੜੇ ਜਿਹੜੇ ਨੀਅਰਸਟ ਏਜੰਸੀ ਹੁੰਦੀ ਹੈ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਆਪਣਾ ਰੇਟ ਜਿਹੜਾ ਉਹ ਫਿਕਸ ਕਰ ਸਕਦੇ ਹੋ ਆਪਾਂ ਜਿਹੜੀ ਹੈ ਵੀਡੀਓ ਬਣਾਉਣੇ ਹਨ ਉਹਦੇ ਨਾਲ ਰੇਟ ਦਾ ਜਿਹੜਾ ਹੈ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਆਪਾਂ ਹਰੇਕ ਟਰੈਕਟਰ ਬ੍ਰਾਂਡ ਦੀਆਂ ਵੀਡੀਓ ਬਣਾਉਣੀਆਂ ਸੋ ਇੱਕ ਰੇਟ ਫਿਕਸ ਆਪਣੇ ਵੱਲੋਂ ਨਹੀਂ ਦਿੱਤਾ ਜਾ ਸਕਦਾ ਤੁਸੀਂ ਨੀਅਰਸਟ ਏਜੰਸੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਆਪਣੇ ਚੈਨਲ ਦੇ ਇੱਕ ਅਪਰੋਕਸੀਮੇਟ ਪ੍ਰਾਈਸ ਤੁਹਾਨੂੰ ਜਰੂਰ ਮਿਲੂਗਾ ਜੀ ਸੋ ਰੇਟ ਫਿਕਸ ਤੁਸੀਂ ਆਪਣੇ ਆਪ ਕਰ ਸਕਦੇ ਹੋ ਜੀ ਜਾ ਕੇ ਏਜੰਸੀ 'ਚ ਸੋ ਬਈ ਧੰਨਵਾਦ ਸਾਰਿਆਂ ਦਾ ਜੀ ਚੈਨਲ ਤੇ ਆਉਣ ਲਈ